ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਪਾ ਵਿਛੜੀ ਹੋਈ ਆਤਮਾ ਸਤਕਾਰਯੋਗ ਭਾਈ ਸਤਪਾਲ ਸਿੰਘ ਜੀ ਵੜਿੰਗ ਉਹਨਾਂ ਦੇ ਅੰਤਮ ਸੰਸਕਾਰ ਸਮੇਂ ਕੱਤਰਤ ਹੋਏ ਹਾਂ ਸੋ ਸਤਗੁਰੂ ਜੀ ਦਾ ਹੁਕਮ ਹੈ ਮਤਮੈ ਪਿਛੇ ਕੋਈ ਰੋਸੀ ਸੋ ਮੈ ਮੂਲ ਨਾ ਪਾਇਆ ਸੰਸਾਰ ਅੰਦਰ ਪਰਮਾਤਮਾ ਨੇ ਖੇਡ ਬਣਾਈਏ ਆਵਣ ਜਾਣ ਇੱਕ ਖੇਡ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਉਹਦੇ ਹੁਕਮ ਦੇ ਅਨੁਸਾਰ ਅਸੀਂ ਸੰਸਾਰ ਵਿੱਚ ਆਉਂਦੇ ਹੁਕਮ ਅਨੁਸਾਰ ਜਾਂਦੇ ਆ ਸੋ ਮੈਂ ਬੇਨਤੀ ਕਰਾਂਗਾ ਹੁਣ ਜਪਜੀਤ ਸਾਹਿਬ ਜੀ ਦਾ ਪਾਠ ਹੋਣਾ ਉਸ ਤੋਂ ਪਹਿਲਾਂ ਜਪਜੀਤ ਸਾਹਿਬ ਦਾ ਪਾਠ ਫਿਰ ਅਗਲੀ ਜੋ ਕਾਰਵਾਈ ਆਪ ਨੂੰ ਦੱਸੀ ਜਾਵੇਗੀ ਸੋ ਬਰੇ ਪ੍ਰੇਮ ਸਹਿਤ ਆਪ ਜੀ ਨੇ ਚੁੱਪ ਕਰਕੇ ਸਤਿਗੁਰ ਜੀ ਦੇ ਚਰਨਾਂ ਵਿੱਚ ਉਹਨਾਂ ਗੁਰਮੁਖ ਪਿਆਰਿਆਂ ਨੂੰ ਪ੍ਰੇਮ ਭਾਵਨਾ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਅੰਮ੍ਰਿਤਮਈ ਬਾਣੀ ਸਰਵਣ ਕਰਨੀ ਹੈ ਤਾਂ ਹੀ ਸਾਡੀ ਜੋ ਸੱਚੀ ਸ਼ਰਧਾਂਜ ਦੀ ਇਹ ਹਸੀ ਉਹਨਾਂ ਨਿਮਿਤ ਬਾਣੀ ਵਿੱਚ ਆਪਣਾ ਮਨ ਜੋੜਨਾ ਕਰੀਏ ਜੀ ਆਓ ਜਪਜੀ ਸਾਹਿਬ ਦੇ ਪਾਠ ਪ੍ਰੇਮ ਸਹਿਤ ਸਰਵਣ ਕਰੀਏ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜ ਉਨੀ ਸਹਿ ਪਹੰ ਗੁਰ ਪ੍ਰਸਾਦ ਜਪਵਾਦ ਸਚੋ ਜੁਗਾਦ ਸਚੋ ਹੈ ਪਹੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪਹਿ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬਰਨਾ ਪੁਰੀਆਂ ਭਾਰ ਸਹਸ ਸਿਆਣ ਪਾਂ ਲਖ ਹੋਹੇ ਤaik ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਇ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀਓ ਤੁਮ ਨੀਚ ਹੁਕਮ ਲੈ ਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਸਿਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੈ ਜੇ ਬੁਝਹਿ ਤਾਹਉ ਮੈਂ ਕਹਿ ਨ ਕੋਇ ਗਾਵੇ ਕੋ ਤਾਣ ਉਗਾਵੈ ਕੋ ਸੈਤਾਨ ਗਾਵੈ ਕੋ ਦਾਤੋ ਜਾਣੈ ਨੀਸਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰਦੇ ਹੈ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥਿ ਨ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਆਉਂਦੇਂਦਾ ਦੇ ਲੈਂਦੇ ਤਖਪਾਹੇ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਖਿਆ ਪਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇਂ ਦਾਤਾਰ ਫੇਰ ਕਹਿ ਗੈ ਰਖੀਆ ਜਿਤ ਦੁਸਹਿਦਰਬਾਰ ਮੋਹ ਕੈ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਇ ਜੇਨ ਸੇਵਿਆ ਤਿਨ ਪਾਇਆ ਮਾਨੁ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰਈਸਰ ਗੁਰਗੋ ਰਖ ਬਰਮਾ ਗੁਰ ਪਰਵਤੀ ਮਾਈ ਜਿਹੋਂ ਜਾਣਾ ਵਾਕਾ ਨਹੀਂ ਕਹਿਣਾ ਕਥਨ ਨਾ ਜਾਇ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆਂ ਕਾਇਕ ਦਾਤਾ ਸੋਮੈ ਵਿਸਰ ਨਾ ਜਾਇ ਤੀਰਥ ਨਾਵਾ ਜਿਤ ਸੁਭਾਵਾਂ ਬਿਨ ਪਹਾਣੇ ਕੇ ਨਾਹੀਂ ਕਰੀ ਜੇ ਤੀਰਥ ਉਠਿਓ ਪਾਈ ਵੇਖਾ ਬਿਨ ਕਰਮਾਂ ਕੇ ਮਿਲ ਲੈ ਮਾਤ ਵੇਚ ਰਤਨ ਜਵਾਹਰ ਬਾਣ ਕੋ ਜੇ ਏਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾਏ ਕੈ ਜਸ ਕੀਰਤ ਜਗ ਲੇ ਜੇ ਤੇ ਸਭ ਨਦਰ ਨਾ ਆਵੇ ਤਾ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟਕਾਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤਹਾ ਕੋਈ ਨਾ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੋਇ ਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾਨਾ ਸੁਣਿਆ ਈਸਰ ਬਰਮਾਇੰਦ ਸੁਣਿਆ ਮੋਕਸਾਲਾ ਹਨਮੰਧ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਵਾਟ ਸਟ ਕਾਇ ਸਿਨਾ ਨੂੰ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਗ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਖਪੀਰ ਪਾਤਸ਼ਾ ਸੁਣਿਆ ਦੇਹ ਪਾਵੈ ਰਾਹ ਸੁਣਿਆ ਹਾਥੋ ਵੈ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਾਤੋ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਸ਼ੂਤਾਏ ਕਾਗਦ ਕਲਮ ਨ ਲਖਣ ਹਾਰ ਮਨਨੇ ਕਬਹ ਕਰਨ ਵਿਚਾਰ ਵੈਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸਰਤ ਹੋਵੇ ਮਨ ਬੋਧ ਮਨੈ ਸਗਲ ਭਵਨ ਕੀ ਸੋਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਈ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰ ਸਾਧਾਰ ਮਨਾਂ ਤਰ ਤਾਰੇ ਗੁਰ ਸੇਖ ਮਨ ਨਾਨਕ ਭਵਹਿ ਨ ਭਿਖ ਵੈ ਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਅੰਦਰ ਕਾ ਮਨ ਪੰਚੇ ਸੁਹੈ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰੁ ਕਰਤੇ ਕੈ ਕਰਨੈ ਨਹੀਂ ਸੁਮਾਰ ਤਾਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝਾ ਹੋਵੈ ਸੁਚਿਆਰ ਤਬੁਲਾ ਉਪਰ ਕੇ ਤਾਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਹਾੜ ਤਲ ਕਵਨ ਜੋ ਰਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੁੜੀ ਕਲਾਮ ਇਹੋ ਲੇ ਕਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੁ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੇਤਾ ਪਸਾਓ ਏ ਕੋ ਕਵਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹਤਿਆ ਕੁਮਾਹ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਰਵਾ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਰ ਕਰਹਿ ਪਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤਦ ਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਅਸੰਖ ਤਾਵ ਗੰਮ ਅਗੰਮ ਸੰਕਲਵ ਅਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾਖਰੀ ਲਖਣ ਬੋਲਣ ਵਾਣ ਅਸਰ ਸੰਜੋਗ ਵਿਖਾਨ ਜਿਨ ਲਿਖੈ ਤਿਸ ਸਰ ਨਾਹੇ ਜੇ ਪਰਮਾਇ ਤਿਵ ਤੇ ਪਾਹੇ ਜੇ ਤਾ ਕੀਤਾ ਤੇਤਾ ਨਾਉ ਵਰਣ ਨਾ ਵੈ ਨਾਹੀ ਕੋਤਾ ਉਹ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਾਉ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰੋ ਸੁਖਹਿ ਮੂਤਪਲੀ ਤੇ ਕਪੜ ਹੋਏ ਦੇ ਸਾਬੂਨ ਲਈਐ ਉਹ ਧੋਹੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਹੁ ਨਾਨਕ ਹੁਕਮਿ ਆਵਹੁ ਜਾਹੁ ਤੀਰਥ ਤਪਦੇ ਆਵਦਤ ਦਤਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣੁ ਤੇਰੇ ਮੈਂ ਨਾਹੀ ਕੋਇ ਵੈਣ ਗੁਣ ਕੀਤੇ ਭਗਤ ਨਾ ਹੋਏ ਸੋ ਆਸਤੋ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਗਵਰਨ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤਿ ਮਹਾਉ ਕਵਣ ਜਤੋ ਆਇ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋ ਵੈ ਲੇਖ ਪੂਰਾਨ ਵਖਤ ਨ ਪਾਇਓ ਕਾਦੀਆ ਜੇ ਲਖਨ ਲੇਖ ਪੂਰਾਨ ਥਿਤ ਵਾਰ ਨ ਜੋਗੀ ਜਾਣ ਰਤ ਮਹਾਉ ਨ ਕੋਈ ਜਾਣ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣ ਸੋਇ ਕਿਵ ਕਰਿ ਆਖਾਂ ਕਿਵਸਾਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੁਗ ਸਿਆਣਾ ਵੱਡਾ ਸਾਹਿਬ ਅਡੀ ਨਾ ਹੀ ਕੀਤਾ ਜਾਂਗਾ ਹੋਵੈ ਨਾਨਕ ਜਿ ਕੋ ਆਪਉ ਜਾਣੇ ਕਿ ਅਗਿਆਨ ਸੋ ਹੈ ਪਾਪ ਤਾਲਾਂ ਪਾਤਾਲ ਉਲਖ ਆਗਾਸਾਂ ਆਗਾ ਸੋੜ ਕੋੜ ਕੁ ਭਾਲ ਥਕੇ ਵਿਦ ਕਹਨਿਕ ਬਾਤ ਸਹ ਸੇ 18 ਹੰ ਕਹਨਕ ਤੇ ਬਾਸ ਲੋ ਇਕ ਤਾ ਤੋ ਲਿਖਾ ਹੋਇ ਤਾਂ ਲਿਖੀ ਆ ਲੇਖੇ ਹੋਏ ਬਣਾਸੋ ਨਾਨਕ ਵਟਾ ਆਖੀ ਆਪੇ ਜਾਣੇ ਆਪ ਸਲਾਹੀ ਸਲਾਹੇ ਤੇ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜਿਤਸ ਮਨ ਹੋ ਨ ਬੀਸਰ ਹੈ ਅੰਤ ਨ ਸਿਫਤੀ ਕਹਿਣ ਨਾ ਅੰਤੋ ਅੰਤ ਨ ਕਰਨੇ ਦਿਨ ਨਾ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਣ ਕਿਤੇ ਬਿਲਲਾਹੇ ਉਤਾਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਹਬ ਉਚਾ ਥਾ ਉਚੇ ਪਰ ਉਚਾ ਨਾਉੇ ਵਡੂਚਾ ਹੋਵੇ ਕੋਈ ਤੇ ਸੂਚੇ ਕਉ ਜਾਣੇ ਸੋਏ ਜੇ ਵੜਿਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਤੁਮਾਏ ਕੀਤੇ ਮੰਗ ਹਜੂ ਤੇ ਅਪਾਰ ਕੀਤੇ ਆ ਗਣ ਤੋ ਨਹੀਂ ਵਿਚਾਰ ਕੀਤੇ ਕਬ ਤਟਹਿ ਵੇਕਾਰ ਕੀਤੇ ਲੈ ਲੈ ਮੁਕੁਰ ਪਾਹੇ ਕੀਤੇ ਮੂਰਖ ਕਾਹੇ ਕਾਹੇ ਕੀਤੇ ਆਂ ਦੁਖ ਭੁਖ ਸਦ ਮਾਰ ਇਹ ਪੈ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਹਾਣੇ ਹੋਏ ਹੋ ਰੱਖ ਨਾ ਸਕਾ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀ ਆ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨਉ ਬਗਸਰ ਸਫਤੋ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੋਣਿਆ ਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਹਿ ਅਮੁੱਲ ਸੁਮਾਹਿ ਅਮੁੱਲ ਧਰਮ ਅਮੁੱਲ ਦੀ ਬਾਣੀ ਅਮੁੱਲ ਤੋਲੋ ਮੁੱਲ ਪਰਵਾਣ ਅਮੁੱਲ ਬਖਸੀਸ ਅਮੁੱਲਨੀ ਸਾਨਿਆ ਮੁੱਲ ਕਰਮ ਅਮੁੱਲ ਪਰਮਾਨ ਅਮੁੱਲ ਮੁੱਲਾ ਕਿਆ ਨਾ ਜਾਏ ਆਕਾਖ ਰਹੇ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਵਖਾ ਹੈ ਪੜੇ ਕਰੇ ਵਖਿਆਣ ਵਖਾ ਹੈ ਬ੍ਰਮੀਆਂ ਕਹੇਂ ਦਵਾ ਕਹੇਂ ਗੋਪੀਤਾ ਗੋਵਿੰਦ ਵਖਾ ਹੈ ਯਸਰ ਵਖਾ ਹੈ ਸਿੱਧ ਆਖ ਹੈ ਕਿਤੇ ਕਿਤੇ ਬੁੱਧ ਹੋ ਆਖ ਹੈ ਧਨ ਵਖਾ ਹੈ ਦੇਵ ਵਖਾ ਹੈ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹ ਗਹ ਓਠ ਓਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਖਨ ਨਸਕਾ ਕੇ ਜੇ ਜਿਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਉੰਗਾਵਾਰ ਰੰਗਾਵਾਰ ਸੋ ਧਾਰ ਕੇਹਾ ਸੋ ਘਰ ਕੇਹਾ ਜਿਤਬੈ ਸਰਬ ਸੰਮਹਲੇ ਵਾਜੈ ਨਾ ਦਾਨੇਕ ਅ ਸੰਖਾ ਕਹਤੇ ਵਾਵਣ ਹਾਰੇ ਕੇਤੇ ਰਾਗ ਪਰੇ ਸਿਉ ਕਹੀਐ ਨਾ ਕੇਤੇ ਗਾਵਣ ਹਾਰੇ ਅੰਗਾਵਹਿ ਤਹੁ ਨ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪ ਤੋ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇਂ ਗਾਵਹਿ ਇੰਦ ਇੰਦਾਸਣ ਬੈਟੇ ਦੇਵਤਿਆਂ ਦਰਨਾਲੇ ਗਾਵਹਿ ਸਿਧ ਸਮਾਦੀ ਅੰਦਰ ਗਾਵਨ ਸਾਧ ਵਿਚਾਰਿ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪਾੜਨ ਰਖੀ ਸਰ ਜੁਗ ਜੁਗ ਵੇਦਾਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾਂ ਆਸ਼ੁ ਪੈ ਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਬਰ ਭੰਡਾ ਕਾਰ ਕਰ ਰਖੇ ਧਾਰੇ ਸਈ ਤੁਦਨ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਓ ਸੀ ਜਾਈ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਬ ਤਿਸ ਦੀ ਵਢਾਈ ਜੋਤ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਗ ਸਰਮਪਤ ਝੋਲੀ ਦੇ ਆਨ ਕੀ ਕਰਹਿ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਨ ਜੀਤਾ ਜਗ ਜੀਤ ਆਦੇਸ ਸਤਸਯਾਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇਸ ਭਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਤ ਨਾਥੀ ਸਭ ਜਾਂ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਸੈ ਆਦੇਸ ਸੁਆਦ ਅਨੀਲਾ ਨਾ ਧਿਆਨਾਤ ਜੋ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਹੀ ਤិន ਚੇਲੇ ਪਰਵਾਣ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਵ ਤਿਸੁ ਭਾਵੇਂ ਤਿ ਵੈ ਚਲਾਵੇ ਜਿਵ ਹੋਵੇ ਫੁਰਮਾਨ ਓ ਵੇਖੈ ਉਹ ਨ ਨਦਰ ਨ ਆਵੇ ਬਹੁਤਾ ਹੋਵਿ ਡਾਣ ਆਦੇਸ ਤਸੈ ਆਦੇਸ ਆ ਦੇਨੀ ਲਿਆਨਾ ਦੀ ਅਨਹਤ ਜੁਗ ਜੁਗੇ ਕੋ ਵੇਸ ਵਾਸਣ ਲੋਏ ਲੋਏ ਪੰਡਹਾਰ ਜੋ ਕਿਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਚੇ ਕੀ ਸਾਚੀ ਕਾਰਵਾ ਦੇ ਸਤ ਸਿਆ ਦੇ ਸੋ ਆਦ ਅਨੀਲਾ ਨਾ ਦੀ ਅਨਹਤ ਜੁਗ ਜੁਗੇ ਕੋ ਵੇਸ ਇੱਕ ਦੂਜੀ ਭਾਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਵਾ ਕੀ ਹੈ ਏਕ ਨਾਮ ਜਗਦੀਸ਼ ਏ ਤਰਹਿ ਪਤ ਪਵੜੀਆਂ ਚੜੀਐ ਹੋਇ ਆਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆ ਹੀਰੀ ਸੋ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟ ਹੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਦਸੋਇ ਚੋ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਥੈ ਸੋਹਨ ਪਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਚ ਪਕਾਈ ਓਥ ਹੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬਸੰਤਰ ਕیتے ਕਾਨ ਮਹੇਸ ਕਿਤੇ ਬ੍ਰਹਮੇ ਕਹਾੜਤ ਘੜੀ ਅਹ ਰੂਪ ਰੰਗ ਕੇ ਵੇਸ ਕਿਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਸਭ ਕੇਤੇ ਸਿੱਧ ਬੁੱਧ 나ਤ ਕੇਤੇ ਕੇਤੇ ਦੇਵੀ ਵੇਸ ਸਭ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸਮੋਂਦੋ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦਹੁ ਕੀਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰ ਚੰਡ ਤਿਥੈ ਨਾਦ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਸ਼ੁਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਮਹਾ ਬਲ ਸੂਰ ਤਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾਂ ਕੇ ਰੂਪ ਨ ਕਥਨੇ ਜਾਹਿ ਨਾ ਹੋਇ ਮਰਹਿ ਨ ਠਾਗੇ ਜਾਹਿ ਜਿਨ ਕਾ ਰਾਮ ਵਸੈ ਮਨ ਮਾਹਿ ਤਥੈ ਭਗਤ ਵਸਹਿ ਕਲੂ ਕਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ નિਹਾਲ ਤਿਤੈ ਖੰਡ ਮੰਡਲ ਬਰਪੰਡ ਜੇ ਕੋ ਕਥੈ ਤਾ ਤਨ ਤਨਾ ਅੰਤ ਤਥੈ ਲੋਲ ਆਕਾਰ ਜੇਵ ਜੇਵ ਹੁਕਮ ਤਵੇ ਤਿ ਵਿਕਾਰ ਵੇਖੈ ਵਿਗਸੈ ਅੰਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਜੋ ਸੁਨਿਆਰ ਹਰਨ ਮਤ ਵੇਦ ਹਥਿਆਰ ਪਾਉ ਖੱਲਾ ਅਗਨ ਤਪ ਤਾਉ ਭਾਂਡਾ ਪਾਉ ਅੰਮ੍ਰਿਤ ਤੇ ਟਟਾਲ ਕੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੁ ਦਿਵਸ ਰਾਤੁ ਦੁਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਇ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਇ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਅਜ ਆਪਾਂ ਫਿਊਨਲ ਹੋਮ ਵਿੱਚ ਵਿਛੜੀ ਹੋਈ ਆਤਮਾ ਸਤਕਾਰ ਜੋਗ ਭਾਈ ਸਤਪਾਲ ਸਿੰਘ ਜੀ ਵੜਿੰਗ ਉਨ੍ਹਾਂ ਦੇ ਅੰਤਮ ਸੰਸਕਾਰ ਸਮੇ ਅਪਪਿਊਨਲ ਹੋਮ ਦੇ ਜੁੜੇ ਆ ਜਿੰਨਾ ਜੀਵਨ ਜ਼ਿੰਦਗੀ ਦਾ ਸਮਾਂ ਵਾਹਿਗੁਰੂ ਜੀ ਨੇ ਉਹਨਾਂ ਨੂੰ ਬਖਸ਼ਿਆ ਉਹ ਪੂਰ ਕਰਕੇ ਇਸ ਮਾਤ ਲੋਕ ਤੋਂ ਅਕਾਲ ਚਲਾਣਾ ਕਰ ਗਏ ਜੰਮਣ ਮਰਣਾ ਹੁਕਮ ਹੈ ਭਾਣੇ ਆਵੇ ਜਾਏ ਜੰਮਣਾ ਤੇ ਮਰਣਾ ایਉ ਸੁਆਹਿਗੁਰੂ ਜੀ ਦੇ ਹੁਕਮ ਵਿੱਚ ਹੈ ਮਨੁੱਖ ਨੇ ਭਾਵੇਂ ਲੱਖ ਤਰੱਕੀ ਕੀਤੀ ਏ ਹਰ ਦੁਨੀਆ ਦੀ ਛੈ ਜਿਹੜੀ ਹੈ ਹਰ ਦੁਨੀਆ ਦੀ ਚੀਜ਼ ਜਿਹੜੀ ਹੈ ਉਹ ਮਨੁੱਖ ਦੇ ਬਰਾਬਰ ਕੁਦਰਤ ਦੇ ਬਣਾਏ ਹੋਏ ਨਿਯਮ ਤੋਂ ਉਲਟ ਬਨਾਉਟੀ ਚੀਜ਼ਾਂ ਜਿਹੜੀਆਂ ਨੇ ਬਣਾ ਕਰਕੇ ਸੰਸਾਰ ਵਿੱਚ ਪੈਦਾ ਕਰ ਦਿੱਤੀਆਂ ਇਥੋਂ ਤੱਕ ਕਿ ਜਿਹੜਾ ਅਸੀਂ ਆਹਾਰ ਖਾਂਦੇ ਆਂ ਭੋਜਨ ਖਾਂਦੇ ਆਂ ਨਾ ਇਹ ਇੱਕ ਕੁਦਰਤ ਦੀ ਉਪਜ ਹੈ ਅਸੀਂ ਫਸਲ ਬੀਜਦੇ ਆਂ ਨਾ ਆਪਣੇ ਹੱਥੀਂ ਫਸਲ ਬੀਜਦੇ ਆਂ ਵੜਦੇ ਆਂ ਪਤਾ ਏ ਇਹ ਅਸੀਂ ਆਪਣੇ ਹੱਥੀਂ ਬੀਜੀ ਏ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਮਨੁੱਖ ਦੇ ਖਾਣ ਵਾਸਤੇ ਬਨੋਟੀ ਰਬੜ ਦਾ ਭੋਜਨ ਵੀ ਤਿਆਰ ਕਰ ਦਿੱਤਾ ਮਨੁੱਖ ਨੂੰ ਪਤਾ ਨਹੀਂ ਚੱਲਿਆ ਹਰ ਸ਼ੈ ਦੁਨੀਆ ਦੀ ਮਨੁੱਖ ਨੇ ਤਿਆਰ ਕਰ ਦਿੱਤੀ ਪਰ ਜਿਹੜੇ ਸਵਾਸ ਨੇ ਜੀਵਨ ਜ਼ਿੰਦਗੀ ਦਾ ਸਮਾਂ ਕਿੰਨਾ ਏ ਕਦੋਂ ਪੈਦਾ ਹੋਣਾ ਹੈ ਕਦੋਂ ਇਸ ਸੰਸਾਰ ਵਿੱਚੋਂ ਜਾਣਾ ਹੈ ਨਾ ਦੁਨੀਆ ਦਾ ਕੋਈ ਵਿਗਿਆਨੀ ਅੱਜ ਤੱਕ ਦੱਸ ਦੱਸ ਸਕਿਆ ਨਾ ਦੱਸ ਸਕੇਗਾ ਇਹ ਅਟਲ ਸਚਾਈ ਹੈ ਕਿਉਂਕਿ ਇੱਕੋ ਇੱਕ ਤਾਕਤ ਹੈ ਪ੍ਰਮਾਤਮਾ ਦੇ ਹੱਥ ਵਿੱਚ ਜੰਮਣ ਜਮਣਾ ਤੇ ਮਰਨਾ ਉਹ ਪ੍ਰਮਾਤਮਾ ਨੂੰ ਸਾਨੂੰ ਮੰਨਣਾ ਪਵੇਗਾ ਕਿ ਸੰਸਾਰ ਵਿੱਚ ਜੀਵਾਂ ਨੂੰ ਸਾਜ ਕਰਕੇ ਭੇਜਦਾ ਵੀ ਉਹ ਹੈ ਤੇ ਬੁਲਾਉਂਦਾ ਵੀ ਉਹ ਏ ਜਿਨ੍ਹਾਂ ਸਮਾਂ ਜ਼ਿੰਦਗੀ ਦਾ ਦਿੰਦਾ ਏ ਆਪੋ ਆਪਣਾ ਸਮਾਂ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਤੀਰ ਆਪੋ ਆਪਣੀ ਵਾਰੀ ਅਨੁਸਾਰ ਅਸੀਂ ਸਾਰੇ ਇੱਕ ਦੂਸਰੇ ਦੇ ਅਗੜ ਪਿਛੜ ਤੁਰੇ ਆ ਰਹੇ ਹਾਂ ਸੰਸਾਰ ਵਿੱਚੋਂ ਜਿਹੜਾ ਪੈਦਾ ਹੋਇਆ ਉਹਨੇ ਚਲੇ ਜਾਣਾ ਅਟੱਲ ਸਚਾਈ ਏ ਕੋਈ ਨਹੀਂ ਜੀ ਸੰਸਾਰ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਜੋ ਉਪਜਿਆ ਜੋ ਪੈਦਾ ਹੋਇਆ ਉਹਨੇ ਬਿਨਸ ਣਾਏ ਸਵਾਸ ਜਿਹੜੇ ਨੇ ਪ੍ਰਮਾਤਮਾ ਤੋਂ ਲਿਖਾ ਕਰਕੇ ਜੀਵ ਇਸ ਸੰਸਾਰ ਵਿੱਚ ਆਉਂਦਾ ਏ ਜਿੰਨੇ ਸਵਾਸ ਵਾਹਿਗੁਰੂ ਜੀ ਦਿੰਦੇ ਨੇ ਜਿੰਨਾ ਜੀਵਨ ਜ਼ਿੰਦਗੀ ਦਾ ਸਮਾਂ ਉਹ ਪ੍ਰਮਾਤਮਾ ਸਾਨੂੰ ਕਿਉਂਕਿ ਸਤਗੁਰੂ ਜੀ ਕਹਿੰਦੇ ਨੇ ਜੰਮਣ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਤੋਂ ਪਹਿਲਾਂ ਮਨੁੱਖ ਦਾ ਜਿਹੜਾ ਇੱਥੋਂ ਚਲੇ ਜਾਣ ਦਾ ਸਮਾਂ ਏ ਉਹ ਪ੍ਰਮਾਤਮਾ ਨਿਯਤ ਕਰਕੇ ਭੇਜਦਾ ਏ ਕਿ ਇਸ ਸਮੇਂ ਇੰਨੇ ਸੁਵਾਸ ਨੇ ਤੇਰੇ ਸੋ ਸਮੇਂ ਦੇ ਅਨੁਸਾਰ ਹਰ ਇੱਕ ਨੇ ਆਪੋ ਆਪਣੀ ਵਾਰੀ ਅਨੁਸਾਰ ਚਲੇ ਜਾਣਾ ਕਿਉਂਕਿ ਅਸੀਂ ਉਸ ਮਾਲਕ ਦੀ ਫਸਲ ਹਾਂ ਸਤਿਗੁਰੂ ਜੀ ਕਹਿੰਦੇ ਨੇ ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਸੋ ਜਾਨੋ ਮੂਆ ਗੋਵਿੰਦ ਭਗਤ ਅਸਰ ਹੈthia ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਵਾਤ ਜਿਵੇਂ ਕਿਰਸਾਨ ਆਪਣੇ ਖੇਤਾਂ ਵਿੱਚ ਫਸਲ ਬੀਜਦਾ ਹੈ ਉਹ ਮਾਲਕ ਹੁੰਦਾ ਹੈ ਕੱਚੀ ਵੱਡੇ ਪੱਕੀ ਵੱਡੇ ਉਹਦੀ ਮਰਜ਼ੀ ਏ ਉਹਨੂੰ ਕੋਈ ਸਲਾਹ ਤੇ ਦੇ ਸਕਦਾ ਏ ਉਹ ਮੰਨੇ ਨਾ ਮੰਨੇ ਉਹਦੀ ਮਰਜ਼ੀ ਏ ਇਸੇ ਤਰ੍ਹਾਂ ਜਿੰਨੇ ਅਸੀਂ ਜੀਵ ਸੰਸਾਰ ਦੇ ਜੀਵ ਹਾਂ ਸਾਰੇ ਉਸ ਪ੍ਰਮਾਤਮਾ ਵਾਹਿਗੁਰੂ ਜੀ ਦੀ ਫਸਲ ਦੀ ਨਿਆਈਂ ਆ ਜਿਵੇਂ ਬਾਹਰੇ ਬੁੱਢੇ ਤਰੁਣੇ ਭਈਆ ਸਭ ਹੋਂ ਜਮ ਲੈ ਜਈ ਹਰੇ ਕੋਈ ਜਵਾਨ ਕੋਈ ਬਾਲ ਕੋਈ ਵਿਰਧ ਅਵਸਥਾ ਇਹ ਤਿੰਨ ਅਵਸਥਾਵਾਂ ਨੇ ਜ਼ਿੰਦਗੀ ਦੀਆਂ ਇਹ ਕੋਈ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਵਿਰਧ ਅਵਸਥਾ ਆਣੀ ਹੈ ਜਦ ਸਾਰਿਆਂ ਨੇ ਬਾਲ ਅਵਸਥਾ ਵਿੱਚ ਸੰਸਾਰ ਵਿੱਚੋਂ ਜਾਣਾ ਹੈ ਕਿਸੇ ਨੇ ਜਿੱਦਾਂ ਜਿੱਦਾਂ ਦਾ ਸਮਾਂ ਲਿਖਿਆ ਪ੍ਰਮਾਤਮਾ ਨੇ ਜਿਨ੍ਹਾਂ ਜਿਨ੍ਹਾਂ ਨੂੰ ਜੀਵਨ ਜ਼ਿੰਦਗੀ ਦਾ ਸਮਾਂ ਬਖਸ਼ਿਆ ਉਪੋਹ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਨਹਿ ਵੜਨ ਘਟਨ ਤਿਲਸਾਰ ਇੱਕ ਤਿਲ ਮਾਤਰ ਵੀ ਸਵਾਸ ਜਿਹੜੇ ਨੇ ਉਹ ਪਰਮਾਤਮਾ ਦੇ ਹੁਕਮ ਤੋਂ ਬਿਨਾ ਨਹੀਂ ਲੈ ਸਕਦੇ ਸੋ ਸਤਕਾਰਯੋਗ ਭਾਈ ਸਤਪਾਲ ਸਿੰਘ ਜੀ ਜਿਨ੍ਹਾਂ ਸਮਾਂ ਜੀਵਨ ਜ਼ਿੰਦਗੀ ਦਾ ਬਖਸ਼ਿਆ ਉਹ ਭੋਗ ਕਰਕੇ ਸੰਸਾਰ ਵਿੱਚ ਉਹ ਅਕਾਲ ਚਲਾਣਾ ਕਰ ਗਏ ਅੱਜ ਅਸੀਂ ਸਾਰੇ ਰਲ ਮਿਲ ਕੇ ਰਿਸ਼ਤੇਦਾਰ ਮਿੱਤਰ ਸਜਣ ਪਰਿਵਾਰ ਇਸ ਪਿਆਰੀ ਰੂ ਨੂੰ ਸ਼ਰਦਾ ਦੇ ਫੁੱਲ ਪ੍ਰੇਟ ਕਰਨ ਵਾਸਤੇ ਅੰਤਮ ਵਿਦਾਇਗੀ ਦੇਣ ਵਾਸਤੇ ਜੁੜੇ ਆ ਜਿੰਨਾ ਜਿੰਨਾ ਵੀ ਕਿਸੇ ਦਾ ਸਨੇਹ ਹੈ ਨੇੜਲਾ ਸਬੰਧ ਹੈ ਹਰ ਇੱਕ ਨੂੰ ਦੁੱਖ ਹੁੰਦਾ ਏ ਜਿਆਦਾ ਦੁੱਖ ਜਿਹੜਾ ਤੁਸੀਂ ਆਪ ਸਾਰੇ ਭਲੀ ਭਾਂਤ ਜਾਣਦੇ ਹੋ ਪਰਿਵਾਰ ਦੇ ਜਿਹੜੇ ਮੁੰਢਲੇ ਮੈਂਬਰ ਹੁੰਦੇ ਨੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਰਿਆਂ ਦਾ ਸਨੇਹ ਜਿੱਦਾਂ ਜਿੱਦਾਂ ਆਉਂਦਾ ਏ ਵਾਰੋ ਵਾਰੀ ਸਾਰੇ ਦੁੱਖ ਮਨਾਉਂਦੇ ਨੇ ਸੰਸਾਰ ਵਿੱਚੋਂ ਕੋਈ ਵੀ ਜੀਵ ਚਲੇ ਜਾਵੇ ਘਾਟਾ ਉਹਦੇ ਚਲੇ ਜਾਣ ਦਾ ਕਦੇ ਪੂਰਾ ਨਹੀਂ ਹੁੰਦਾ ਸੰਸਾਰ ਦੇ ਕਾਰਜ ਜਿਹੜੇ ਨੇ ਐਵੇਂ ਚੱਲਦੇ ਨੇ ਚੱਲਦੇ ਆਏ ਨੇ ਚੱਲਦੇ ਰਹਿਣੇ ਨੇ ਪਰ ਜਿਹੜੀਆਂ ਰੂਹਾਂ ਸਾਡੇ ਕੋਲੋਂ ਵਿਛੜ ਜਾਂਦੀਆਂ ਨੇ ਉਹ ਪਰਤ ਕੇ ਕਦੀ ਵਾਪਸ ਨਹੀਂ ਆਉਂਦੀਆਂ ਪਰ ਸਤਿਗੁਰ ਜੀ ਨੇ ਸਾਨੂੰ ਗੁਰਬਾਣੀ ਦਾ ਆਸਰਾ ਦਿੱਤਾ ਔਰ ਜਦੋਂ ਸਾਨੂੰ ਸਭ ਸਭ ਤੋਂ ਵੱਡੀ ਸਾਨੂੰ ਹੌਸਲਾ ਮਿਲਦਾ ਏ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਅੱਜ ਦਿਨ ਆਪਾਂ ਬਤਾਏ ਨੇ ਨਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵੱਲੋਂ ਉਹਨਾਂ ਦੇ ਪਰਿਵਾਰ ਵੱਲ ਨਿਗਾਹ ਮਾਰੀਏ ਸਾਡਾ ਤੇ ਕੋਈ ਇੱਕ ਵਿਛੜ ਚਲਵੇ ਚਲੇ ਜਾਵੇ ਉਮਰ ਭੋਗ ਕੇ ਵੀ ਚਲੇ ਜਾਂਦਾ ਹੈ ਅਸੀਂ ਇਹਨਾਂ ਵਿਰਲਾਪ ਕਰਦੇ ਹਾਂ ਕਿਹੋ ਜਿਹਾ ਜਿਗਰਾ ਹੋਵੇਗਾ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦਾ ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਮਾਤਾ ਗੁਜਰਕੌਰ ਦਾ ਜਿਹਨੇ ਆਪਣੇ ਹੱਥੀਂ ਆਪਣੇ ਪੋਤੇਆਂ ਨੂੰ ਸ਼ਹਾਦਤ ਦਾ ਜਾਮ ਪੀਣ ਵਾਸਤੇ ਤੋਰਿਆ ਹੋਵੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਇੱਕ ਮਾਰਗ ਰਸਤਾ ਤਿਆਰ ਕੀਤਾ ਉਹ ਸਿੱਖ ਨੂੰ ਇੰਨਾ ਦ੍ਰਿੜ ਕਰਕੇ ਗਏ ਨੇ ਸਿੱਖ ਵਾਸਤੇ ਇੰਨਾ ਵਧੀਆ ਮਾਰਗ ਦੇ ਕੇ ਗਏ ਨੇ ਮਹਾਰਾਜ ਕਹਿੰਦੇ ਨੇ ਸਿੱਖਾ ਤੇਰੇ ਕੋਲੋਂ ਆਪਣੇ ਈਮਾਨ ਦੀ ਖਾਤਰ ਅਣਖ ਗੈਰਤ ਦੀ ਖਾਤਰ ਧਰਮ ਦੀ ਰੱਖਿਆ ਖਾਤਰ ਤੈਨੂੰ ਆਪਣਾ ਆਪ ਤੈਨੂੰ ਆਪਣਾ ਪਰਿਵਾਰ ਵੀ ਕੁਰਬਾਨ ਕਰਨਾ ਪਵੇ ਨਾ ਚਿਜਕੀ ਨਾ ਇਹਨਾਂ ਦੇਖੀ ਕਿ ਮੇਰੇ लाडले ਨੇ ਇਹ 7 ਸਾਲ ਦੇ ਨੇ ਇਹ 9 ਸਾਲ ਦੇ ਨੇ ਇਹ 15 ਸਾਲ ਦੇ ਨੇ ਇਹਨੂੰ 16 ਸਾਲ ਦੇ ਨੇ ਇਹ ਨਾ ਦੇਖੀ ਬਸ ਇਹ ਦੇਖੀ ਧਰਮ ਦੀ ਖਾਤਰ ਅਣਖ ਦੀ ਖਾਤਰ ਗੈਰਤ ਦੀ ਖਾਤਰ ਮਜਲੂਮਾਂ ਦੀ ਰੱਖਿਆ ਦੀ ਖਾਤਰ ਜੇ ਤੈਨੂੰ ਆਪਣਾ ਆਪ ਸਿੱਖਾ ਸਭ ਕੁਝ ਕੁਰਬਾਨ ਵੀ ਕਰਨਾ ਪਵੇ ਨਾ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਹ ਬਚਨਾਂ ਨੂੰ ਚੇਤੇ ਕਰ ਲਈ ਜਾ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਕ ਪੈਰ ਧਰੀਜੈ ਸਿਰ ਦੀਜੈ ਕਾਣ ਨ ਕੀਜੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਸਾਨੂੰ ਗੁਰੂ ਸਾਹਿਬ ਆਪਣੇ ਜੀਵਨ ਵਿੱਚੋਂ ਬਹੁਤ ਕੁਝ ਸਿਖਾ ਕੇ ਗਏ ਨੇ ਠੀਕ ਹੈ ਅੱਜ ਅਸੀਂ ਸਾਡੀ ਉਹ ਅਵਸਥਾ ਬਣ ਨਹੀਂ ਸਕਦੀ ਪਰ ਸਾਨੂੰ ਮਾਰਗ ਦੇ ਕਰਕੇ ਗੈਨੇ ਉਸ ਮਾਰਗ ਤੇ ਸਿੱਖ ਨੂੰ ਸਦਾ ਹੀ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੋ ਕਰਕੇ ਫਿਰ ਡੋਲੇ ਤੇ 사ਤਸੰਗ ਜੀ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪਰਤ ਕੇ ਦੇਖੀਏ ਤੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ اٹਲ ਹੈ ਮੌਤ ਜਿਹੜੀ ਹੈ ਉਹ اٹਲ ਸਚਾਈ ਹੈ ਸਭ ਤੇ ਇਸ ਸਮਾਂ ਆਉਣਾ ਹੈ ਸਾਰਿਆਂ ਤੇ ਕਾਲ ਕੂਕਦਾ ਏ ਇੱਕ ਤੇ ਨਹੀਂ ਸੋ ਅਜ ਆਪਾਂ ਗੁਰਮੁਖ ਪਿਆਰਿਆਂ ਨੂੰ ਅੰਤਮ ਵਿਦਾਇਗੀ ਦੇਣ ਵਾਸਤੇ ਜੁੜੇ ਆਂ ਮੈਂ ਬੇਨਤੀ ਕਰਾਂਗਾ ਪਰਿਵਾਰ ਦੇ ਉਹਨਾਂ ਦੀ ਜੋ ਪੋਤਰੀ ਹੈ ਉਸ ਨੇ ਉਹਨਾਂ ਦੇ ਜੀਵਨ ਬਾਰੇ ਆਪ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਉਸ ਤੋਂ ਬਾਅਦ ਫਿਰ ਜਿੰਮੇ ਸਮਾਂ ਹੋਵੇ ਆਪ ਨੂੰ ਦੱਸਿਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Good morning everyone and thank you for attending my grandpa's softball funeral. I want to tell you what kind of person oh. my grandfather really was. <laughs> I can't see. He loved his family. He cared for everyone. He was passionate for his job and had great knowledge that he passed along to all of us. He arrived in Canada in 2015 and since then he had been suffering from all kinds of problems. I saw, I saw him fighting through all of them. I have never seen anyone stronger than him. Today he leaves behind his wife, son, daughter, daughter in law, son in law, his grandkids, his brothers and sisters here and in India. I am so. I am so glad I had such an amazing grandpa. He is in a better place now with God. He will always be loved and will always be in our hearts. He will never be forgotten. Vaheguru Ji Ka Khalsa, Vaheguru Ji Ki Fateh, Kalle Aayananka, Sade Yorjai Divaak Nisar, Sade Satkarjo Masarji, Satpal Singh ਦੁਨੀਆਂ ਤੋਂ ਸਦਾ ਲਈ ਕੂਚ ਕਰ ਗਏ ਸਾਨੂੰ ਸੁਦੀਵੀ ਬਿਸ਼ੂਲਾ ਦੇ ਗਏ ਇਹਨਾਂ ਦਾ ਰਿਸ਼ਤਾ ਸਾਡੇ ਨਾਲ 2006 ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਗੁਰਪ੍ਰੀਤ ਸਿੰਘ ਵੈਣਗ ਨਾਲ ਹੋਈ ਸੀ ਬਹੁਤ ਵਾਰੀ ਇਹਨਾਂ ਨਾਲ ਮੁਲਾਪ ਹੋਇਆ ਉਸ ਟਾਈਮ ਵੈਡਿੰਗ ਤੇ ਗਏ ਸੀ ਟੰਡ ਕੀਤਾ ਸੀ ਬੜੇ ਹੀ ਹੋਣਹਾਰ ਮਿਲਨਸਾਰ ਚੰਗੇ ਸੁਭਾਅ ਵਾਲ ਨੇ ਨੇਕਨਸਾਰ 2011 ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਵੀ ਸੀ ਕਿ ਆਉਂਦੀ ਉਹਨਾਂ ਨੂੰ ਰਿਟਾਇਰਮੈਂਟ ਮਿਲੀ ਸੀ ਬਹੁਤ ਹੀ ਸ਼ਾਹੀ ਸ਼ਾਨ ਨਾਲ ਉੱਥੇ ਮਨਾ ਕੇ ਆਏ ਸੀਗੇ ਪਹਿਲਾਂ ਸੀ 2009 ਚ ਗਏ ਸੀ ਉੱਥੇ ਬਹੁਤ ਵਾਰੀ ਇਹਨਾਂ ਨੂੰ ਮੁਲਾਪ ਹੋਇਆ 2011 ਚ ਗਏ ਸੀ ਉੱਥੇ ਵੀ ਮੁਲਾਪ ਹੋਇਆ ਬੜੇ ਹੀ ਨੇਕ ਇਨਸਾਨ ਜਦੋਂ ਵੀ ਇਹਨਾਂ ਕੋਲ ਜਾਣਾ ਇਹਨਾਂ ਨੇ ਨਿੱਕੀ ਨਿੱਕੀ ਗੱਲਾਂ ਕਰਨੀਆਂ ਇਹ ਆਪਦੀ ਮੌਤ ਤੋਂ ਡਰਦੇ ਨਹੀਂ ਸੀ ਬਹੁਤ ਹੀ ਬਲਵਾਨ ਸੀ ਬਹੁਤ ਹੀ ਮਹਾਨ ਤਰ੍ਹਾਂ ਇਨਸਾਨ ਇਹਨਾਂ ਨੇ ਕਹਿੰਨ ਬੇਟੇ ਬਹੁਤ ਕੁਝ ਦੇਖ ਲਿਆ ਇਹਨਾਂ ਨੇ ਬੜੀ ਸਟਰਗਲ ਕੀਤੀ ਆਪਣੇ ਆਪ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਇੱਥੇ 2015 ਚ ਆਏ ਆਪ ਡਾਊਨ ਹੁੰਦੇ ਰਹੇ ਬਹੁਤ ਵਾਰੀ ਇਹ ਇੰਨਾ ਸਟਰੋਂਗ ਪਰਸਨ ਨਹੀਂ ਦੇਖਣਾ ਸੀ ਬੜੇ ਇਹਨਾਂ ਨੇ ਇਦਾਂ ਜਾਣਾ ਹਸਪੀਟਲ ਦੇ ਵਿੱਚ ਵੀ ਬੱਸ ਮਾਸਰ ਜੀ ਸਾਡੇ ਹੈ ਨਹੀਂ ਇਸ ਟਾਈਮ ਬਾਰੇ ਇਹਨਾਂ ਨੇ ਵੇਖ ਘਰੇ ਬਹੁਤ ਆਪ ਦੇ ਕਦਮਾਂ ਨਾਲ ਤੁਰ ਕੇ ਵੇ ਘਰੇ ਹੋਣਾ ਪਰ ਇਸ ਟਾਈਮ ਪ੍ਰਮਾਤਮਾ ਨੇ ਜਿਉਂ ਗਏ ਮਹੀਨਾ 6 ਵੀਕਾ ਹੋ ਗਏ ਸੀਗੇ ਉਮੀਦ ਬਹੁਤ ਸੀ ਕਿ ਵਾਪਸ ਆਉਣਗੇ ਪਰ ਪ੍ਰਮਾਤਮਾ ਚੰਗਾ ਨਹੀਂ ਲੱਗਿਆ ਸੱਚ ਉਸਦਾਂ ਲਈ ਖੋ ਕੇ ਚਲੇ ਗਏ ਮਗਰ ਸਾਡੇ ਮਾਸੀ ਜੀ ਆਪਣੇ ਬੇਟਾ ਗੁਰਪ੍ਰੀਤ ਸਿੰਘ ਵੇਰਿੰਗ ਸਾਡੀ ਸਿਸਟਰ ਸੁਤਿੰਦਰ ਕੌਰ ਮਗਰ ਪੋਤੇ ਪੁੱਤियां ਰਾਜਵੀਰ ਮੈਂ ਆਪਣੇ ਮਾਨਪ੍ਰੀਤ ਬੇਟੀ ਉਹਨਾਂ ਦਾ ਪਿੱਛੇ ਵਿਆਹ ਕੀਤਾ ਸੀਗਾ ਇਹਨਾਂ ਨੇ ਪ੍ਰਾਲਚੋ ਬਹੁਤ ਵਧੀਆ ਕੀਤਾ ਜੋ ਪਰਮਾਤਮਾ ਨੇ ਇਹਨਾਂ ਨੇ ਆਪ ਦੇ ਹੱਥੀ ਆਪਦੀ ਬੇਟੀ ਦਾ ਕਾਰਜ ਕੀਤਾ ਇਹਨਾਂ ਦੇ ਜਵਾਈ ਸਾਹਿਬ ਦੀ ਬੜੇ ਸੇਵਾ ਕੀਤੀ ਇਹਨਾਂ ਨੇ ਹਸਪੀਟਲ ਦੇ ਵਿੱਚ ਮੀਨਾ 6 ਹਫ਼ਤੇ ਜੋ ਇਹਨਾਂ ਨੇ ਬਹੁਤ ਹੀ ਜਿਆਦਾ ਸਟਰਗਲ ਆਉਦੇ ਫੇਰਸ ਦੇ ਨਾਲ ਕੀਤੇ ਉੱਥੇ ਦੇਖਿਆ ਪੰਜ ਸੱਤ ਵਾਰੀ ਟਾਈਮ ਲੱਗਿਆ ਕੋਵਿਡ ਕਰਕੇ ਬਹੁਤਾ ਜਾਨ ਵੀ ਨਿੰਦਦਾ ਸੀ ਹਸਪੀਟਲ ਦੇ ਵਿੱਚ ਜਿੰਨਾ ਟਾਈਮ ਬਤਾਇਆ ਬਹੁਤ ਵਧੀਆ ਬਤਾਇਆ ਪਰਮਾਤਮਾ ਇਹਨਾਂ ਨੂੰ ਜਿੱਥੇ ਵੀ ਗਾਇਆ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਦਾ ਵਧੀਆ ਰਹਿਣ ਮਾਸਟਰ ਜੀ ਸੋਮਸ ਜੀ ਮਾਈਗਰ ਜੀ ਕਾਕਾ ਸਾਹਿਬ ਐਸ਼ਿਕ ਬੋਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਰਦਾਰ ਸਤਪਾਲ ਸਿੰਘ ਜੀ ਵੜਿੰਗ ਉਹਨਾਂ ਬਾਰੇ ਸਤਕਾਰਯੋਗ ਭੈਣ ਜੀ ਹੁਣਾਂ ਉਹਨਾਂ ਦੇ ਪੋਤਰੀ ਨੇ ਆਪ ਜੀ ਨੂੰ ਵਿਸਤਾਰ ਪੂਰਵਕ ਉਹਨਾਂ ਦੇ ਜੀਵਨ ਬਾਰੇ ਦੱਸਿਆ ਥੋੜੀ ਜਿਹਾ ਸਮੇਂ ਅੰਦਰ ਉਹਨਾਂ ਦੇ ਬਹੁਤ ਵੱਡੇ ਗੁਣ ਜਿਹੜੇ ਨੇ ਉਹ ਬਿਆਨ ਕਰਕੇ ਗਏ ਨੇ ਇਸ ਸੰਸਾਰ ਵਿੱਚ ਜਿਹੜੀ ਸਾਡੀ ਸਮਾਜਿਕ ਸਾਂਝ ਹੈ ਉਹ ਬੜੀ ਬਣਨੀ ਰਹਿਣੀ ਜ਼ਰੂਰੀ ਹੈ ਭਾਵੇਂ ਅਸੀਂ ਆਪਣੇ ਉਸ ਵਤਨ ਨੂੰ ਛੱਡ ਕਰਕੇ ਇਸ ਮੁਲਕ ਵਿੱਚ ਆ ਗਏ ਆ ਠੀਕ ਹੈ ਇੱਥੇ ਆਪੋ ਆਪਣੇ ਧੰਦਿਆਂ ਵਿੱਚ ਹਰ ਇੱਕ ਬੰਦਾ ਵਿਜੀਏ ਕਿਸੇ ਕੋ ਸਮਾਂ ਨਹੀਂ ਪਰਵਾਰਾਂ ਵਿੱਚ ਵੀ ਇੱਥੋਂ ਤੱਕ ਆਪਣੇ ਪਰਿਵਾਰਾਂ ਵਿੱਚ ਵੀ ਬੈਠ ਕੇ ਗੱਲ ਕਰਨ ਦਾ ਬਹੁਤਾ ਸਾਡੇ ਕੋਲ ਸਮਾਂ ਨਹੀਂ ਪਰ ਬਹੁਤ ਪਰਿਵਾਰ ਐਸੇ ਮਿਲਦੇ ਨੇ ਜਿਹੜੇ ਉਹ ਆਪਣੇ ਪਰਿਵਾਰ ਨੂੰ ਕੀ ਆਪਣੇ ਹੋਰ ਰਿਸ਼ਤੇਦਾਰ ਮਿੱਤਰ ਸੱਜਣਾਂ ਨੂੰ ਨਹੀਂ ਭੁਲਾਉਂਦੇ ਹਮੇਸ਼ਾ ਹੀ ਉਹ ਯਾਦ ਰੱਖਦੇ ਨੇ ਮਿਲਦੇ ਗਿਲਦੇ ਨੇ ਜਿਹੜੀਆਂ ਉੱਥੇ ਸਾਡੇ ਪਿੰਡਾਂ ਦੀਆਂ ਸਮਾਜਿਕ ਸਾਡੀਆਂ ਸਾਂਝਾਂ ਸਨ ਕਿਉਂਕਿ ਇੱਕ ਪਿੰਡ ਵਿੱਚ ਅਸੀਂ ਰਹਿੰਦੇ ਆਂ ਪਿੰਡ ਵਿੱਚ ਕਿਸੇ ਦੇ ਕੋਈ ਵੀ ਇੱਕ ਸਤਰਾਂ ਦਾ ਹੈਪਨ ਹੁੰਦਾ ਸਾਰਾ ਪਿੰਡ ਉਹਦੇ ਮਗਰ ਤੁਰਦਾ ਏ ਹਰਾ ਨਾਰਾ ਮਾਰਦਾ ਦੁੱਖ ਵੰਡਾਉਂਦਾ ਇੱਥੇ ਆ ਕੇ ਠੀਕ ਹੈ ਸਮਾਣੀ ਕੋਈ ਸਿਸਟਮ ਇਦਾਂ ਦਾ ਆਇਆ ਸੀ ਇੱਕ ਦੂਜੇ ਦੇ ਨੇੜੇ ਬਹੁਤਾ ਰਹਿੰਦੇ ਨਹੀਂ ਪਰ ਜਿਹੜੇ ਗੁਣ ਹੁੰਦੇ ਨੇ ਇਨਸਾਨ ਦੇ ਉਹ ਹਮੇਸ਼ਾ ਨਾਲ ਰਹਿੰਦੇ ਨੇ ਉਹ ਕਿਤੇ ਵੀ ਚਲੇ ਜਾਣ ਜਿਹੋ ਜਿਹਾਂ ਬੰਦੇ ਦਾ ਮਨੁੱਖ ਦਾ ਆਪਣਾ ਸੁਭਾਅ ਹੋਵੇਗਾ ਜਿੰਦਗੀ ਦਾ ਵਰਤਾਰਾ ਮਨੁੱਖ ਜਿਹੜਾ ਉਹ ਹਰਕ ਸਮਾਜ ਵਿੱਚ ਰਹਿੰਦਿਆਂ ਹਰ ਇੱਕ ਬੰਦੇ ਨਾਲ ਆਪਣੋ ਆਪਣੇ ਸੁਭਾਅ ਮੁਤਾਬਕ ਉਹ ਵਰਤਾਰਾ ਕਰਦਾ ਏ ਸਤਿਕਾਰਯੋਗ ਜਿਨ੍ਹਾਂ ਬਾਰੇ ਅੱਜ ਭੈਣ ਜੀ ਹੁਣੀ ਬੋਲ ਕੇ ਗਏ ਨੇ ਨੇਕ ਇਨਸਾਨ ਇਮਾਨਦਾਰੀ ਨਾਲ ਆਪਣੀ ਜੌਬ ਕੀਤੀ ਤੇ ਪਰਿਵਾਰ ਨੂੰ ਅੱਗੇ ਤੋਰਿਆ ਤੇ ਰਿਸ਼ਤੇਦਾਰਾਂ ਨਾਲ ਆਪੋ ਆਪਣੀ ਰਿਸ਼ਤੇਦਾਰ ਜਿੰਨੇ ਵੀ ਮਿੱਤਰ ਸੱਜਣੇ ਸਾਰਿਆਂ ਨਾਲ ਸਾਂਝ ਬਣਾ ਕੇ ਰੱਖੀ ਜਿਹੜੇ ਗੁਣ ਜੋ ਕੁਝ ਅਸੀਂ ਜ਼ਿੰਦਗੀ ਵਿੱਚ ਚੰਗਿਆਈ ਖਟਕੇ ਜਾਣੀ ਇਹਨੇ ਗੁਣ ਪੱਲੇ ਬੰਨ੍ਹ ਕੇ ਜਾਣਾ ਉਹ ਇਹੋ ਨਾਲ ਨਿਭਣਾ ਏ ਚੰਗੇ ਨੂੰ ਹਮੇਸ਼ਾ ਚੰਗਾ ਕਿਹਾ ਜਾਂਦਾ ਏ ਬੁਰੇ ਨੂੰ ਬੁਰਾ ਕਿਹਾ ਜਾਂਦਾ ਏ ਠੀਕ ਏ ਅਸੀਂ ਪਰਿਵਾਰ ਦੇ ਮੂੰਹ ਤੇ ਨਹੀਂ ਕਮਾਂਗੇ ਪਿੱਠ ਪਿੱਛੇ ਕਮਾਂਗੇ ਪਰ ਜਿਹੜਾ ਮਨੁੱਖ ਚੰਗਾ ਹੁੰਦਾ ਉਹਨੂੰ ਪਿੱਠ ਪਿੱਛੇ ਵੀ ਕਦੇ ਕੋਈ ਮਾੜਾ ਨਹੀਂ ਕਹਿ ਸਕਦਾ ਜਿਹੜੀ ਉਹਦੀ ਚੰਗਿਆਈ ਆ ਉਹ ਚੰਗਿਆਈ ਦੇ ਨਾਲ ਉਹਨੂੰ ਚੇਤੇ ਚੇਤੇ ਕਰੇਗਾ ਜੇ ਕੋਈ ਬਰਿਆਈ ਹੈ ਪਰ ਗੁਰੂ ਸਾਹਿਬ ਦਾ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਲੋਕਾਂ ਦੇ ਔਗਣ ਫੋਲੀਏ ਉਹ ਕਹਿੰਦੇ ਨੇ ਆਪ ਨੜੇ ਗਰੀਵਾਨ ਮੈਂ ਸਰਨੀਵਾ ਕਰ ਦੇਖ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਆਪ ਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਕਹਿੰਦੇ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੈ ਤੂੰ ਕਿਹੋ ਜਿਹਾ ਦੂਜਿਆਂ ਦੇ ਔਗਣ ਗੁਣ ਤੇ ਗੁਣ ਤੇ ਗੁਣਾ ਦੀ ਗੱਲ ਤੇ ਕਰ ਲੈਣੀ ਚਾਹੀਦੀ ਆ ਗੁਣ ਤੇ ਸਾਨੂੰ ਜਿਹੋ ਜੇ ਅਗਲੇ ਦੇ ਵਿੱਚ ਦੂਜੇ ਵਿੱਚ ਗੁਣ ਨੇ ਨਾ ਸ਼ੁਭ ਗੁਣ ਨੇ ਚੰਗਿਆਈ ਹੈ ਅੱਜ ਵੜਿੰਗ ਪਰਿਵਾਰ ਨੂੰ ਸਦਮਾ ਪਹੁੰਚਿਆ ਤੇ ਅਸੀਂ ਸਾਰੇ ਰਿਸ਼ਤੇਦਾਰ ਜਿਹਨੇ ਵੀ ਉਹਨਾਂ ਦੀ ਉਸਤਤੀ ਕਰਦੇ ਆ ਪਰਿਵਾਰ ਦੇ ਜਿਹੜੇ ਮੁਖੀ ਨੇ ਜਾ ਪਰਿਵਾਰ ਦੇ ਅੱਗੇ ਉਹਨਾਂ ਦੇ ਧੀ ਪੁੱਤਰ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਪੱਲੇ ਬੰਨਣੀ ਚਾਹੀਦੀ ਹੈ ਕਿ ਸਾਡੇ ਪਿਤਾ ਸਾਡੇ ਸਤਕਾਰਯੋਗ ਜਿਹੜੇ ਸਾਡੇ ਕੋਲ ਅਜ ਵਿਛੜੇ ਨੇ ਉਹਨਾਂ ਦੇ ਕੀ ਸ਼ੁਭ ਗੁਣ ਸਨ ਉਹਨਾਂ ਵਿੱਚ ਚੰਗਿਆਈ ਕੀ ਸੀ ਅਸੀਂ ਵੀ ਉਹਨਾਂ ਵਰਗੇ ਬਣੀਏ ਉਹਨਾਂ ਵਰਗੇ ਗੁਣ ਧਾਰਨ ਕਰੀਏ ਤਾਂ ਕਿ ਸਾਡੀ ਵੀ ਜਿਹੜੀ ਹੈ ਜੈਜੇਕਾਰ ਇੱਥੇ ਤੇ ਠੀਕ ਹੈ ਕੋਈ ਚੰਗਾ ਕਹੇ ਮਾੜਾ ਕਹਵੇ ਪਰ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਰੇ ਰੇ ਦਰਗ ਕਹਿ ਨ ਕੋ ਆਓ ਬੈਠ ਆਦਰ ਸੁਭ ਦੇਉ ਕਹਿੰਦੇ ਤੈਨੂੰ ਇੱਥੇ ਵੀ ਤੇਰੀ ਮੁਖ ਉਜਲਾ ਰਹੇ ਤੇਰਾ ਤੇ ਉੱਥੇ ਦਰਗਾਹ ਵਿੱਚ ਵੀ ਤੈਨੂੰ ਗਏ ਨੂੰ ਕੋਈ ਓਏ ਨਾ ਕਵੇ ਜੰਮਦੂਤ ਜਿਹੜੇ ਨੇ ਧਰਮ ਰਾਜੇ ਦੀ ਕਚਹਿਰੀ ਵਿੱਚ ਤੈਨੂੰ ਗਏ ਨੂੰ ਢੋਈ ਮਿਲੇ ਤੈਨੂੰ ਸਵਾਗਤ ਹੋਵੇ ਤੈਨੂੰ ਓਏ ਨਾ ਕਵੇ ਕੋਈ ਰੇ ਰੇ ਦਰਗਹ ਕਹੇ ਨਾ ਕੋ ਇਹ ਸ਼ਾਬਾਸ਼ ਇਹ ਗੱਲ ਤਾਂ ਸੁਣਨ ਨੂੰ ਮਿਲਣੀਆਂ ਜੇ ਇੱਥੇ ਕੋਈ ਖਟਿਆ ਹੋਵੇਗਾ ਜੇ ਇਸ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕਰਮ ਕਰਕੇ ਜਾਵਾਂਗੇ ਲਾਹਾ ਖਟ ਕੇ ਜਾਵਾਂਗੇ ਤਾਂ ਸਾਨੂੰ ਇਹ ਸਾਨੂੰ ਉੱਥੇ ਚੰਗਿਆਂ ਨੂੰ ਸਾਨੂੰ ਜੀ ਆਇਆਂ ਨੂੰ ਆਖੇਗਾ ਜੇ ਇੱਥੇ ਮਾੜੇ ਕਰਮ ਕਰਨੇ ਫਿਰ ਅੱਗੇ ਢੋਈ ਨਹੀਂ ਮਿਲਦੀ ਫਿਰ ਉਹ ਤੇ ਪਤਾ ਹੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੋਈ ਸਾਰੇ ਆਪ ਜੀ ਕਿਉਂਕਿ ਬਾਣੀ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹੋ ਸੁਣਦੇ ਹੋ ਗੁਰੂ ਸਾਹਿਬ ਜੀ ਦੀ ਮਤ ਦੇ ਅਨਸਾਰ ਆਪਣਾ ਜੀਵਨ ਬਣਾਈਏ ਸੁਰਹ ਵਿਚਾਰ ਸਤਕਾਰਯੋਗ ਸਰਦਾਰ ਸਤਪਾਲ ਸਿੰਘ ਜੀ ਵੜਿੰਗ ਤਨਾਂ ਦੇ ਸਤਕਾਰਯੋਗ ਪਿਤਾ ਲੇਟ ਅਤਾਰ ਸਿੰਘ ਜੀ ਵੜਿੰਗ ਮਾਤਾ ਬਸੰਤ ਕੌਰ ਜੀ ਜਿਨ੍ਹਾਂ ਦਾ ਪਿਛਲਾ ਪਿੰਡ ਵੜਿੰਗ ਜ਼ਿਲ੍ਹਾ ਮੁਕਤਸਰ ਪੰਜਾਬ ਤੋਂ ਤੇ ਇਹਨਾਂ ਦੀ ਧਰਮ ਸਪਤਨੀ ਸਤਕਾਰਯੋਗ ਜੀਬੀ ਬਲਜੀਤ ਕੌਰ ਜੀ ਤੇ ਇਹਨਾਂ ਦੇ ਦੋ ਭਰਾ ਇੰਡੀਆ ਵਿੱਚ ਨੇ ਇੱਕ ਭੈਣ ਇੰਡੀਆ ਵਿੱਚ ਹੈ ਇੱਕ ਲੜਕਾ ਤੇ ਇੱਕ ਲੜਕੀ ਕੈਨੇਡਾ ਵਿੱਚ ਇੱਕ ਪੋਤਰਾ ਤੇ ਦੋ ਪੋਤਰੀਆਂ 68 ਸਾਲ ਦੀ ਕੇਵਲ ਉਮਰ ਪੂਰ ਕੇ ਉਹ ਸੰਸਾਰ ਵਿੱਚੋਂ ਅਕਾਲ ਚਲਾਣਾ ਕਰ ਗਏ 2015 ਵਿੱਚ ਉਹ ਕੈਨੇਡਾ ਆਏ ਸਨ ਕੈਨੇਡਾ ਆਣ ਤੋਂ ਪਹਿਲਾਂ ਉਹ ਮਾਰਕੀਟ ਕਮੇਟੀ ਵਿੱਚ ਸੁਪਰਵਾਈਜ਼ਰ ਦੀ ਜੌਬ ਕਰਦੇ ਸਨ ਬੜੀ ਇਮਾਨਦਾਰੀ ਨਾਲ ਉਹਨਾਂ ਨੇ ਆਪਣੀ ਸੇਵਾ ਕਰਦੇ ਆ 2011 ਵਿੱਚ ਸੇਵਾ ਮੁਕਤ ਹੋਏ ਤੇ ਫਿਰ ਪਰਿਵਾਰ ਨੂੰ ਸਮਾਂ ਦਿੱਤਾ ਤੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਆਇਆ ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕੁਮਾਹੇ ਕੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ ਉਸ ਮਾਲਕ ਦੇ ਹੁਕਮ ਅਨਸਾਰ ਜਿਵੇਂ ਬਲਾਵਾ ਆਇਆ ਉਹ ਆਪਣਾ ਇਹ ਪੰਜ ਪੂਤਕ ਸਰੀਰ ਤਿਆਗ ਕਰਕੇ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਤੇ ਸਤਗੁਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਅਨਸਾਰ ਉਹ ਅਕਾਲ ਚਲਾਣਾ ਕਰ ਗਏ ਅੱਜ ਆਪਾਂ ਉਹਨਾਂ ਨੂੰ ਅੰਤਮ ਵਿਦਾਇਗੀ ਦੇਣ ਵਾਸਤੇ ਸੰਸਕਾਰ ਸਮੇ ਜੁੜੇ ਆ ਸੋ ਸਾਰਿਆਂ ਦਾ ਵਡਿੰਗ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਸਤਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ ਅਰਦਾਸ ਵਿੱਚ ਆਪਾਂ ਸਾਰਿਆਂ ਨੇ ਖੜੇ ਹੋਣਾ ਉਸ ਤੋਂ ਬਾਅਦ ਉਹਨਾਂ ਦਾ ਸਤਕਾਰ ਜੋ ਸਤਪਾਲ ਸਿੰਘ ਜੀ ਹੋਰਾਂ ਦਾ ਅੰਤਮ ਸੰਸਕਾਰ ਹੋਵੇਗਾ ਫਿਰ ਆਪੋ ਆਪਣੇ ਥਾਂ ਤੇ ਆ ਕੇ ਸੱਜਣਾ ਸੋਹਿਲਾ ਸਾਹਿਬ ਦੀ ਬਾਣੀ ਪੜੀ ਜਾਵੇਗੀ ਸੰਖੇਪ ਵਿੱਚ ਅਰਦਾਸ ਉਸ ਤੋਂ ਬਾਅਦ ਫਿਰ ਪਰਿਵਾਰ ਵੱਲੋਂ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਉਥੇ ਸਹਿਜ ਪਾਠ ਆਰੰਭ ਕਰਵਾਏ ਨੇ 메ਨ ਹਾਲ ਦੀਵਾਨ ਵਿੱਚ ਭੋਗ ਪਾਏ ਜਾਣਗੇ ਆਪ ਜੀ ਨਾਲ ਲੋੜ ਅਨੁਸਾਰ ਗੁਰੂ ਕੇ ਲੰਗਰ ਵੀ ਛਕਣੇ ਸੋ ਬੇਨਤੀ ਆ ਸਾਰੇ ਆਪਰ ਅਰਦਾਸ ਵਿੱਚ ਖੜੇ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਏ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕਾਏ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਔਨਿ ਦੇ ਆਵੈ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦ ਕੇ ਬਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸੰਸਹਾਈ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪੰਜਾਬੇ ਆ ਰਿਆਂ ਚੌਹਾਂ ਸਹਿਬ ਜਾਤਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਚਰਵਾਏ ਸਿੱਖੀ ਕੇ ਸਾਂ ਸੁਵਾਸਾ ਸੰਗ ਨਿਭਾਈ ਧਰਮ ਨੇ ਆਰਿਆ ਤਿਨਾਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸ਼ੁਰੂਆਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਅੱਛੇ ਆ ਰਿਆਇਤ ਦੇਗ ਤੇ ਇੱਕ ਫਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੇਕ ਦਾਨ ਵਿਸਾਖ ਦਾਨ ਪ੍ਰੋਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤੋ ਚੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ਕੱਲੇ ਆਵਹਿ ਨਾਨਕਾ ਸਦੈ ਉਠੀ ਜਾਹਿ ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨ ਬੰਧਹਿ ਧੀਰ ਦੇ ਮਹਾਵਾਕ ਅਨੁਸਾਰ ਦਰਕਰ ਦੇ ਸੇਵਾਦਾਰ ਸਰਦਾਰ ਸਤਪਾਲ ਸਿੰਘ ਜੀ ਵੜਿੰਗ ਆਪ ਜੀ ਦੇ ਭੇਜੇ ਹੋਏ ਮਹਾਰਾਜ ਜੀ ਇਸ ਸੰਸਾਰ ਵਿੱਚ ਆਏ ਸਨ ਬਖਸ਼ਿਆ ਹੋਇਆ ਜੀਵਨ ਜ਼ਿੰਦਗੀ ਦਾ ਸਮਾਂ ਸਮਾਪਤ ਕਰਕੇ ਸਵਾਸਾ ਰੂਪੀ ਪੂੰਜੀ ਨੂੰ ਭੋਗਦਿਆਂ ਹੋਇਆਂ ਹੁਕਮ ਅਨੁਸਾਰ ਇਸ ਮਤਲਬ ਤੋਂ ਅਕਾਲ ਚਲਾਣਾ ਕਰ ਗਏ ਅੱਜ ਇਹਨਾਂ ਦੇ ਪੰਜ ਭੂਤ ਸਰੀਰ ਦਾ ਅੰਤਮ ਸੰਸਕਾਰ ਕਰਨ ਵਾਸਤੇ ਤਿਆਰੀ ਕੀਤੀ ਨੇ ਆਗਿਆ ਬਖਸ਼ਣੀ ਸੇਵਕ ਦੀਆਂ ਹੋਈਆਂ ਮਾਤ ਲੋਕ ਦੀਆਂ ਪੁੱਲਾਂ ਦੀ ਖਿਮਾ ਬਖਸ਼ਦੇ ਹੋਏ ਸਦੀਵੀ ਕਾਲ ਵਾਸਤੇ ਆਪਣੇ ਚਰਣਾ ਵਿੱਚ ਨਿਵਾਸ ਬਖਸ਼ਿਸ਼ ਕਰੋ ਜੀ ਪਿੱਛੇ ਪਰਿਵਾਰ ਨੂੰ ਸਨਹਿੀਆਂ ਨੂੰ ਸਾਥ ਸਬੰਧੀਆਂ ਨੂੰ ਪਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਪਰਿਵਾਰ ਦੇ ਸੇਸ ਤੇ ਮੇਰਾ ਪ੍ਰਿਆਤ ਰੱਖਣਾ ਆਉਣ ਵਾਲਾ ਸਮਾਂ ਸੁਖਾਂ ਸਿਹਤ ਬਖਸ਼ਿਸ਼ ਕਰਨਾ ਜੀ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਜਪਜੀਤ ਸਾਹਿਬ ਜੀ ਦੇ ਪਾਠ ਪੜੇ ਸੁਣੇ ਪਉਚਕ ਦੀ ਖਿਮਾ ਸਤਿਗੁਰੂ ਜੀ ਆਗਿਆ ਬਖਸ਼ੋ ਸੇਵਕ ਪਿਆਰਿਆਂ ਦੇ ਪੰਜ ਪੂਤ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ

Wow. ਜੀਓ ਕੀਰਤਨ ਸੋਹਿਲਾ ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰਿ ਗਾਵਹੁ ਸੋਹਿਲਾ ਸਿਵ ਰਹਉ ਸਰਜਣਹਾਰੋ ਤੁਮ ਗਾਵਹੁ ਮੇਰਿੰਦਰ ਭਉ ਕਾ ਸੋਹਿਲਾ ਹੰਵਾਰੀ ਜਤ ਸੋਹਿਲਾ ਸਦਾ ਸੁਖ ਹੋਏ ਰਹਾਓ ਨੇਤ ਨੇਤਾ ਜੀ ਜਿਹੜੇ ਸਮਾਲੀਅਨ ਦੇਖੇਗਾ ਦੇਵਨ ਹਾਰ ਤਿਰਦਾਨ ਕੀਮਤ ਨਾ ਪਵੈ ਤਸਦਾ ਤੇ ਕਵਨ ਸਮਾਰ ਉਸਮਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਿਆ ਸੀਸੜੀਆਂ ਜੇ ਹੋਵੈ ਸਾਬ ਸਿਉ ਮੇਲ ਕਰ ਕਰਿ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਘਰ ਕਰ ਕਰਤੇ ਕੀਰਤ ਹੋਇ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸੁਏ ਚਸਿਆਂ ਘੜੀਆਂ ਪਹਿਰਾ ਤੇਤੀ ਵਾਰੀ ਮਹ ਹੋਆ ਸੂਰਜੇ ਕੋ ਰੋਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸੋ ਰਗਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਤਉਪਮਲਿਆਨ ਲੋ ਪਵਨ ਚਵਰਉ ਕਰ ਸਗਲ ਬਨ ਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸੈ ਸਤਵ ਨੈਨਾ ਨੈਨਹ ਤੋਇ ਕਉ ਸੈਸ ਮੂਰਤ ਨਨ ਇਕ ਤੋਹੀ ਸੈਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸੈਸਤਾਵ ਗੰਦੇਵ ਚਲਤ ਮੋਹੀ ਸਮੈ ਜੋਤ ਜੋਤ ਹੈ ਸੋਏ ਤੇ ਸੁਦਾ ਚਾਨਣ ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗਾ ਹੋਏ ਜਾਂਤੇ ਤੇਰੇ ਨਾਇ ਵਾਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਦਨਕਰਬਾ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉ ਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨਾ ਜਾਣਿਆ ਤਨੇ ਅੰਤਰ ਹੋਮੈ ਕੰਡਾ ਹੈ ਜਿਉ ਜਿਉ ਚਲੇ ਚੁ ਬਹਿਨ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਾਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਵ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹ ਵਾਗੇ ਬਸਨ ਸੁਹੇਲਾ ਔਦ ਘਟੈ ਨੰਨ ਸੁਰ ਨਾਰੇ ਮਨ ਗੁਰਮੁਲਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਸਹਿ ਜਗਾਏ ਪਿਆਵੇ ਹੋ ਰਸੋ ਅਕਤ ਕਥਾ ਤਿੰਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਲ ਪਾਵੋ ਸੋ ਸਹਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗਾ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗਾ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਔਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਕੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਜੀ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਉਪਦੇਸ਼ ਜੀ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਦਰਕਰ ਦੇ ਸੇਵਾਦਾਰ ਭਾਈ ਸਤਪਾਲ ਸਿੰਘ ਜੀ ਵੜਿੰਗ ਅਕਾਲ ਚਲਾਣਾ ਕਰ ਗਏ ਸੰਤ ਨਾਂ ਦੇ ਪੰਜ ਪੂਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ ਅੰਤਮ ਸੰਸਕਾਰ ਦੀ ਮਰਜ਼ਾਦਾ ਨਿਭਾਉਂਦਿਆਂ ਬੇਅੰਤ ਪੁੱਲਾਂ ਹੋਈਆਂ ਖਿਮਾ ਬਖਸ਼ੋ ਸੋਹਿਲਾ ਸਾਹਿਬ ਦੀ ਬਾਣੀ ਪੜੀ ਸੁਣੀ ਦਰ ਪ੍ਰਵਾਨ ਕਰਨੀ ਵਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਹੋਈਆਂ ਮਾਤ ਲੋਕ ਦੀਆਂ ਪੁੱਲਾਂ ਦੀ ਖਿਮਾ ਬਖਸ਼ਣੀ ਪਿਛੇ ਪਰਿਵਾਰ ਨੂੰ ਸਨਹਿੀਆਂ ਨੂੰ ਸਾਥ ਸਬੰਧੀਆਂ ਨੂੰ ਪਾਣਾ ਮੰਨਣ ਦੇ ਬਲ ਬਖਸ਼ਿਸ਼ ਕਰਨੇ ਦੀ ਪਰਿਵਾਰ ਦੇ ਅਸੀਸ ਤੇ ਮੇਰਾ ਪ੍ਰਿਆਤ ਰੱਖਣਾ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਦੇ ਪਾਣੀ ਸਰਵਤ ਦੇ ਪੁਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਜੀ ਹੁਣ ਆਪ ਜੀ ਆਨੇ ਸਾਰਿਆਂ ਨੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ ਲੋੜ ਅਨਸਾਰ ਆਪ ਜੀ ਨੇ ਗੁਰੂ ਕੇ ਲੰਗਰ ਵਿੱਚ ਛਕਣੇ ਜੀ ਬੜਿੰਗ ਪਰਿਵਾਰ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਭਗਤ ਕਬੀਰ ਜਿਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ